ਪਤਾ ਲੱਗਦਾ, ਮੇਰਾ ਨਾਮ ਮਹਿੰਦਰ ਸਿੰਘ ਹੈ। ਸਾਡੀ ਦੁਕਾਨ ਹੈ ਪੁਰਾਣਾ ਬਾਜ਼ਾਰ ਫਿਰੋਜ਼ਪੁਰ ਸਿਟੀ 'ਚ, ਵੈਸੇ ਕਰਤਾਰ ਸਿੰਘ ਮਹਿੰਦਰ ਸਿੰਘ ਜਵੈਲਰ ਦੇ ਨਾਮ ਦੇ ਉੱਤੇ। ਸਾਡਾ ਕਾਰੋਬਾਰ, ਇਹ ਲੜਕਾ ਆਇਆ ਇੱਕ ਦਿਨ ਪਹਿਲਾਂ ਅਤੇ ਸਾਡੇ ਕੋਲ ਜਿਸ ਦੇਖਿਆ ਜਾ ਕੇ ਕਹਿੰਦਾ ਕਿ ਸਾਨੂੰ ਇੱਕ ਮੁੰਦਰੀ ਚਾਹੀਦੀ, ਸਮਾਨ ਦਿਖਾਓ। ਕੁਛ ਹੋਰ ਕਸਟਮਰ ਸੀ, ਉਹਨਾਂ ਨੂੰ ਅਟੈਂਡ ਕਰਕੇ ਫਿਰ ਜਿਸ ਤਰੀਕੇ ਨਾਲ ਉਹਨੇ ਗੱਲ ਕੀਤੀ, ਅਣਪਛਾਤਾ ਸੀਗਾ, ਉਹਨੇ ਆਪਣਾ ਨੰਬਰ ਵੀ ਦਿੱਤਾ, ਨਾਮ ਵੀ ਦਿੱਤਾ, ਉਹ ਸਭ ਕੁਛ ਫੇਕ ਨਿਕਲਿਆ ਉਹ। ਅਤੇ ਜਿਸ ਵੇਲੇ ਉਹਨੇ ਦੇਖਿਆ ਅਤੇ ਉਹਨੇ ਇੱਕ ਰਿੰਗ ਵਿੱਚੋਂ ਚੋਰੀ ਕਰ ਲਈ ਉਹ, ਅਤੇ ਜਿਸ ਵੇਲੇ ਚੋਰੀ ਕਰ ਲਈ, ਉਸ CCTV ਫੁਟੇਜ ਦੇ ਵਿੱਚ ਸਾਰਾ ਕੁਛ ਕਲੀਅਰ ਆ ਚੁੱਕਾ ਹੈ, ਚੋਰੀ ਕਰਦਾ ਆ ਔਰ ਉਹਦੀ ਜੇਬ 'ਚ ਪਾਉਂਦਾ ਵੀ ਉਹ ਆ ਗਿਆ ਨਜ਼ਰ। ਉਸਦੀ ਅਤੇ ਫੋਟੋ ਵੀ ਸਾਫ ਕਲੀਅਰ ਆਈ ਹੈ। ਉਹਦੀ ਫੋਟੋ ਵੀ ਕਲੀਅਰ ਆ ਚੁੱਕੀ ਹੋਈ ਹੈ ਔਰ ਸਭ ਕੁਛ ਉਹਦੇ 'ਚ CCTV ਫੁਟੇਜ ਵੀ ਆ ਚੁੱਕਾ ਹੈ ਉਹ, ਔਰ ਇਹਦੀ ਸ਼ਿਕਾਇਤ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਰ ਚੁੱਕੇ ਹਾਂ। ਅਸੀਂ ਉਮੀਦ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਸਾਡੀ ਮਦਦ ਕਰੇ ਔਰ ਸਾਡਾ ਜਿਹੜਾ ਸਮਾਨ ਚੋਰੀ ਹੋਇਆ ਉਹ ਸਾਨੂੰ ਵਾਪਸ ਦਵਾਇਆ ਕੀ ਜਾਵੇ। ਲੈ ਕੇ ਗਿਆ ਸੀਗਾ? ਉਹ ਇੱਕ ਸੋਨੇ ਦੀ ਮੁੰਦਰੀ ਹੈ, ਇਹਦਾ ਵਜ਼ਨ ਕੋਈ ਕਰੀਬ 10 ਗ੍ਰਾਮ ਹੈ, 9 ਗ੍ਰਾਮ 900 ਵਜ਼ਨ ਹੈ। 22 ਕੈਰਟ ਹੋਲਮਾਰਕ ਦੀ ਮੁੰਦਰੀ ਬਣੀ ਹੈ, ਜੈਂਟਸ ਮੁੰਦਰੀ ਹੈ, ਉੱਪਰ ਡਾਲਰ ਦਾ ਸਾਈਨ ਬਣਿਆ ਹੁੰਦਾ ਹੈ ਜਿਵੇਂ ਅੱਜ ਕੱਲ੍ਹ ਚੱਲਦੇ ਨੇ। ਸਰ ਇਹ ਕਿਵੇਂ ਲੈ ਕਿਵੇਂ ਗਿਆ? ਉਸ ਉਹਨੇ ਅਸੀਂ ਦਿਖਾ ਰਹੇ ਸੀਗੇ, ਮੇਰੀ ਥੋੜ੍ਹਾ ਜਿਹਾ ਇੱਕ ਸਾਈਡ ਦੇ ਉੱਤੇ ਬੈਠੇ ਹੋਈਏ ਅਤੇ ਪਿੱਛੋਂ ਉਹਨੇ ਰਿੰਗ ਉਹ ਟਰੇ ਦੇ 'ਚੋਂ ਉਠਾ ਲਈ, ਉਠਾ ਕੇ ਅਤੇ ਮੌਕਾ ਵੇਖ ਕੇ ਬਾਅਦ 'ਚ ਉਹਨੇ ਆਪਣੀ ਜੇਬ ਵਿੱਚ ਪਾ ਲਈ ਉਹ। ਔਰ ਅਸੀਂ ਜਿਸ ਵੇਲੇ ਸ਼ਾਮ ਨੂੰ ਆਪਣਾ ਸਟੋਕ ਚੈੱਕ ਕੀਤਾ, ਉਦੋਂ ਪਤਾ ਲੱਗਾ ਜਾ ਕੇ ਕਿ ਵਿੱਚੋਂ ਇੱਕ ਰਿੰਗ ਕੱਟ ਗਈ ਹੈ। ਫਿਰ ਤੁਸੀਂ CCTV ਵੀ ਦੇਖੀ? ਅਸੀਂ CCTV ਦੇਖਿਆ, ਫੁਟੇਜ ਦੇਖਿਆ, ਉੱਥੋਂ ਸਾਰਾ ਕੁਝ ਕਲੀਅਰ ਹੋ ਗਿਆ ਔਰ ਅਸੀਂ ਵਾਲਾ ਰਿਕਾਰਡ ਵੀ ਕੱਢ ਲਿਆ CCTV ਦੇ, ਪੈਨ ਡਰਾਈਵ 'ਚ ਪਾਇਆ ਉਹ, ਔਰ ਉਹਦੇ ਵਿੱਚ ਸਭ ਕੁਝ ਕਲੀਅਰ ਆ ਰਿਹਾ ਇਹ ਇਹਨੇ ਜਿਹੜੀ ਚੋਰੀ ਕੀਤੀ ਉਹ। ਸਰ ਇਹ ਲੱਗਦਾ ਨਹੀਂ ਸੀਗਾ ਸੀਗਾ ਸ਼ਕਲ ਤੋਂ? ਸ਼ਕਲ ਤੋਂ ਨਹੀਂ ਸੀ ਲੱਗ ਰਿਹਾ, ਇੱਕ ਕਲੀਨ ਕਟਿੰਗ ਦੇ 'ਚ ਹੈਗਾ ਸੀਗਾ ਉਹ, ਔਰ ਹਿੰਦੂ ਜੈਂਟਲਮੈਨ ਟਾਈਪ ਲੁੱਕ ਸੀਗੀ ਹੁੰਦੀ, ਪਰ ਆਪਾਂ ਕੁਛ ਨਹੀਂ ਕਹਿ ਸਕਦੇ ਕਿਸੇ ਬੰਦੇ ਦੇ ਅੰਦਰ ਦੇ ਕੀ ਵਿਚਾਰ ਹੋ ਸਕਦੇ ਨੇ ਉਹ। ਤਾਂ ਲੋਕਾਂ ਨੂੰ ਵੀ ਕੀ ਅਪੀਲ ਕਹੋਗੇ, ਦੂਸਰੇ ਦੁਕਾਨਦਾਰਾਂ ਨੂੰ ਕੀ ਕਹੋਗੇ? ਲੋਕਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਜਲਦੀ, ਪਹਿਲਾਂ ਤਾਂ ਕਿਸੇ ਆਨੋਨ ਨੂੰ ਅਟੈਂਡੀ ਦਾ ਕਰਨ ਸੋਨਾ ਬਹੁਤ ਮਹਿੰਗਾ ਹੋ ਚੁੱਕਾ ਹੈ ਉਹ, ਜਿਹੜੇ ਆਪਦੇ ਜਾਣ ਪਛਾਣ ਵਾਲੇ ਹੈਗੇ ਉਹਨਾਂ ਨਾਲ ਕੀਤਾ ਜਾਵੇ, ਅਗਰ ਮਜਬੂਰੀ ਕਰਨਾ ਵੀ ਪੈ ਜਾਂਦਾ ਹੈ ਤਾਂ ਪੂਰੇ ਚੁਕੰਨੇ ਪੂਰੇ ਅਲਰਟ ਹੋ ਕੇ ਇਸ ਕੰਮ ਨੂੰ ਕੀਤਾ ਜਾਵੇ ਤਾਂ ਕਿ ਦੁਬਾਰਾ ਕੋਈ ਬੰਦਾ ਇਸ ਤਰ੍ਹਾਂ ਤੁਹਾਡੇ ਨਾਲ ਕੋਈ ਠੱਗੀ ਨਾ ਮਾਰ ਸਕੇ ਜਿਵੇਂ ਮੇਰੇ ਨਾਲ ਹੋਈ ਉਹ। ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਮ ਸਾਹਿਬ ਮਹਿੰਦਰ ਸਿੰਘ, ਫਰਮ ਦਾ ਨਾਮ ਮੈਸਰ ਕਰਤਾਰ ਸਿੰਘ ਮਹਿੰਦਰ ਸਿੰਘ ਜਵੈਲਰ ਫਿਰੋਜ਼ਪੁਰ ਸ਼ਹਿਰ। ਸਰ ਇੱਦਾਂ, ਮੇਰਾ ਨਾਮ ਮਹਿੰਦਰ ਸਿੰਘ ਹੈ। ਸਾਡੀ ਦੁਕਾਨ ਹੈ ਪੁਰਾਣਾ ਬਾਜ਼ਾਰ ਫਿਰੋਜ਼ਪੁਰ ਸਿਟੀ 'ਚ, ਵੈਸੇ ਕਰਤਾਰ ਸਿੰਘ ਮਹਿੰਦਰ ਸਿੰਘ ਜਵੈਲਰ ਦੇ ਨਾਮ ਦੇ ਉੱਤੇ। ਸਾਡਾ ਕਾਰੋਬਾਰ, ਇਹ ਲੜਕਾ ਆਇਆ ਇੱਕ ਦਿਨ ਪਹਿਲਾਂ ਅਤੇ ਸਾਡੇ ਕੋਲ ਜਿਸ ਦੇਖਿਆ ਜਾ ਕੇ ਕਹਿੰਦਾ ਕਿ ਸਾਨੂੰ ਇੱਕ ਮੁੰਦਰੀ ਚਾਹੀਦੀ, ਸਮਾਨ ਦਿਖਾਓ। ਕੁਛ ਹੋਰ ਕਸਟਮਰ ਸੀ, ਉਹਨਾਂ ਨੂੰ ਅਟੈਂਡ ਕਰਕੇ ਫਿਰ ਜਿਸ ਤਰੀਕੇ ਨਾਲ ਉਹਨੇ ਗੱਲ ਕੀਤੀ, ਅਣਪਛਾਤਾ ਸੀਗਾ, ਉਹਨੇ ਆਪਣਾ ਨੰਬਰ ਵੀ ਦਿੱਤਾ, ਨਾਮ ਵੀ ਦਿੱਤਾ, ਉਹ ਸਭ ਕੁਛ ਫੇਕ ਨਿਕਲਿਆ ਉਹ। ਅਤੇ ਜਿਸ ਵੇਲੇ ਉਹਨੇ ਦੇਖਿਆ ਅਤੇ ਉਹਨੇ ਇੱਕ ਰਿੰਗ ਵਿੱਚੋਂ ਚੋਰੀ ਕਰ ਲਈ ਉਹ, ਅਤੇ ਜਿਸ ਵੇਲੇ ਚੋਰੀ ਕਰ ਲਈ, ਉਸ CCTV ਫੁਟੇਜ ਦੇ ਵਿੱਚ ਸਾਰਾ ਕੁਛ ਕਲੀਅਰ ਆ ਚੁੱਕਾ ਹੈ, ਚੋਰੀ ਕਰਦਾ ਆ ਔਰ ਉਹਦੀ ਜੇਬ 'ਚ ਪਾਉਂਦਾ ਵੀ ਉਹ ਆ ਗਿਆ ਨਜ਼ਰ। ਉਸਦੀ ਫੋਟੋ ਵੀ ਸਾਫ ਕਲੀਅਰ ਆਈ ਹੈ। ਉਹਦੀ ਫੋਟੋ ਵੀ ਕਲੀਅਰ ਆ ਚੁੱਕੀ ਹੋਈ ਹੈ ਔਰ ਸਭ ਕੁਛ ਉਹਦੇ 'ਚ CCTV ਫੁਟੇਜ ਵੀ ਆ ਚੁੱਕਾ ਹੈ ਉਹ, ਔਰ ਇਹਦੀ ਸ਼ਿਕਾਇਤ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਰ ਚੁੱਕੇ ਹਾਂ। ਅਸੀਂ ਉਮੀਦ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਸਾਡੀ ਮਦਦ ਕਰੇ ਔਰ ਸਾਡਾ ਜਿਹੜਾ ਸਮਾਨ ਚੋਰੀ ਹੋਇਆ ਉਹ ਸਾਨੂੰ ਵਾਪਸ ਦਵਾਇਆ ਕੀ ਲੈ ਕੇ ਗਿਆ ਸੀਗਾ? ਉਹ ਇੱਕ ਸੋਨੇ ਦੀ ਮੁੰਦਰੀ ਹੈ, ਇਹਦਾ ਵਜ਼ਨ ਕੋਈ ਕਰੀਬ 10 ਗ੍ਰਾਮ ਹੈ, 9 ਗ੍ਰਾਮ 900 ਵਜ਼ਨ ਹੈ। 22 ਕੈਰਟ ਹੋਲਮਾਰਕ ਦੀ ਮੁੰਦਰੀ ਬਣੀ ਹੈ, ਜੈਂਟਸ ਮੁੰਦਰੀ ਹੈ, ਉੱਪਰ ਡਾਲਰ ਦਾ ਸਾਈਨ ਬਣਿਆ ਹੁੰਦਾ ਹੈ ਜਿਵੇਂ ਅੱਜ ਕੱਲ੍ਹ ਚੱਲਦੇ ਨੇ। ਸਰ ਇਹ ਕਿਵੇਂ ਲੈ ਕਿਵੇਂ ਗਿਆ? ਉਸ ਉਹਨੇ ਅਸੀਂ ਦਿਖਾ ਰਹੇ ਸੀਗੇ, ਮੇਰੀ ਥੋੜ੍ਹਾ ਜਿਹਾ ਇੱਕ ਸਾਈਡ ਦੇ ਉੱਤੇ ਬੈਠੇ ਹੋਈਏ ਅਤੇ ਪਿੱਛੋਂ ਉਹਨੇ ਰਿੰਗ ਉਹ ਟਰੇ ਦੇ 'ਚੋਂ ਉਠਾ ਲਈ, ਉਠਾ ਕੇ ਅਤੇ ਮੌਕਾ ਵੇਖ ਕੇ ਬਾਅਦ 'ਚ ਉਹਨੇ ਆਪਣੀ ਜੇਬ ਵਿੱਚ ਪਾ ਲਈ ਉਹ। ਔਰ ਅਸੀਂ ਜਿਸ ਵੇਲੇ ਸ਼ਾਮ ਨੂੰ ਆਪਣਾ ਸਟੋਕ ਚੈੱਕ ਕੀਤਾ,
ਉਹ ਤੋਂ ਪਤਾ ਲੱਗਾ ਜਾ ਕੇ ਕਿ ਵਿੱਚੋਂ ਇੱਕ ਰਿੰਗ ਘੱਟ ਹੀ ਗਈ। ਫਿਰ ਤੁਸੀਂ ਸੀਸੀਟੀਵੀ ਵੀ ਦੇਖੀ? ਅਸੀਂ ਸੀਸੀਟੀਵੀ ਦੇਖ ਕੇ ਫੁਟੇਜ ਦੇਖਿਆ, ਉੱਥੋਂ ਸਾਰਾ ਕੁਝ ਕਲੀਅਰ ਹੋ ਗਿਆ, ਔਰ ਇਹ ਵਾਲਾ ਰਿਕਾਰਡ ਵੀ ਕੱਢ ਲਿਆ ਸੀਸੀਟੀਵੀ ਦੇ, ਪੈਨ ਡਰਾਈਵ 'ਚ ਪਾਇਆ ਉਹ, ਔਰ ਉਹਦੇ ਵਿੱਚ ਸਭ ਕੁਝ ਕਲੀਅਰ ਆ ਰਿਹਾ ਇਹ ਇਹਨੇ ਜਿਹੜੀ ਚੋਰੀ ਕੀਤੀ ਉਹ। ਸਰ ਇਹ ਲੱਗਦਾ ਨਹੀਂ ਸੀਗਾ ਸੀਗਾ ਸ਼ਕਲ ਤੋਂ? ਸ਼ਕਲ ਤੋਂ ਨਹੀਂ ਲੱਗ ਰਿਹਾ, ਇੱਕ ਕਲੀਨ ਕਟਿੰਗ ਦੇ 'ਚ ਹੈਗਾ ਸੀਗਾ ਉਹ, ਔਰ ਹਿੰਦੂ ਜੈਂਟਲਮੈਨ ਟਾਈਪ ਲੁੱਕ ਸੀਗੀ ਹੁੰਦੀ, ਪਰ ਆਪਾਂ ਕੁਛ ਨਹੀਂ ਕਹਿ ਸਕਦੇ ਕਿਸੇ ਬੰਦੇ ਦੇ ਅੰਦਰ ਦੇ ਕੀ ਵਿਚਾਰ ਹੋ ਸਕਦੇ ਨੇ ਉਹ। ਤਾਂ ਲੋਕਾਂ ਨੂੰ ਵੀ ਕੀ ਅਪੀਲ ਕਹੋਗੇ, ਦੂਸਰੇ ਦੁਕਾਨਦਾਰਾਂ ਨੂੰ ਕੀ ਕਹੋਗੇ? ਲੋਕਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਜਲਦ, ਪਹਿਲਾਂ ਤਾਂ ਕਿਸੇ ਆਨੋਨ ਨੂੰ ਅਟੈਂਡੀ ਦਾ ਕਰਨ ਸੋਨਾ ਬਹੁਤ ਮਹਿੰਗਾ ਹੋ ਚੁੱਕਾ ਹੈ, ਉਹ ਜਿਹੜੇ ਆਪਦੇ ਜਾਣ ਪਛਾਣ ਵਾਲੇ ਹੈਗੇ ਉਹਨਾਂ ਨਾਲ ਕੀਤਾ ਜਾਵੇ, ਅਗਰ ਮਜਬੂਰੀ ਕਰਨਾ ਵੀ ਪੈ ਜਾਂਦਾ ਹੈ ਤਾਂ ਪੂਰੇ ਚੁਕੰਨੇ ਪੂਰੇ ਅਲਰਟ ਹੋ ਕੇ ਇਸ ਕੰਮ ਨੂੰ ਕੀਤਾ ਜਾਵੇ, ਤਾਂ ਕਿ ਦੁਬਾਰਾ ਕੋਈ ਬੰਦਾ ਇਸ ਤਰ੍ਹਾਂ ਤੁਹਾਡੇ ਨਾਲ ਕੋਈ ਠੱਗੀ ਨਾ ਮਾਰ ਸਕੇ ਜਿਵੇਂ ਮੇਰੇ ਨਾਲ ਹੋਈ ਹੈ। ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਮ ਸਾਹਿਬ ਮਹਿੰਦਰ ਸਿੰਘ, ਫਰਮ ਦਾ ਨਾਮ ਮੈਸਰ ਕਰਤਾਰ ਸਿੰਘ ਮਹਿੰਦਰ ਸਿੰਘ ਜਵੈਲਰ ਫਿਰੋਜ਼ਪੁਰ ਸ਼ਹਿਰ।